ਇਹ ਆਪਾਂ ਆ ਫਿਊਜ਼ ਪਿਆ ਸਾਰੇ ਸੈੱਟ ਕਰਾਉਣ ਆਏ ਸੀਗੇ, ਹੁਣ ਜਾਂਦਿਆਂ ਨੂੰ ਨਾ ਕੋਈ ਖਰਾਬੀ ਹੋਵੇ, ਕਿਉਂ ਅੱਜ ਦੋ ਕੰਮ ਹੋਣਗੇ, ਜਾਂ ਝੰਡੇ ਲੱਗਣੇ ਜਾਂ ਦਾਰੇ ਦੀ ਢੋਈ ਤੇ ਪਲਾਸਟਰ ਲੱਗੂ। ਆਹੋ ਜੀ ਕਹਿੰਦੇ ਸਿਰਾ ਕਰਾ ਛੱਡਿਆ ਬਾਈ ਉਹਨਾਂ ਨੇ, ਦੇਖੋ ਤਰਾਹੇ ਪਹੁੰਚਣ ਵਾਲੇ ਆ। ਓਕੇ ਪੂਰੀਆਂ ਨੇ ਘੈਂਟ, ਉਹ ਜਾਮ ਪੂਰਾ ਹੈਵੀ ਲੱਗਿਆ ਹੋਇਆ, ਪਤਾ ਨਹੀਂ ਕਿੰਨਾ ਟਾਈਮ ਹੋ ਗਿਆ। ਮੇਰੇ ਵੀਰੇ ਫੁੱਲ ਧੱਕਾ ਚੱਲ ਰਿਹਾ, ਮੂਹਰੋਂ ਟਰਾਲੀਆਂ ਆ ਗਈਆਂ, ਮਗਰੋਂ ਟਰਾਲੀਆਂ ਆ ਗਈਆਂ। ਸਵਾਗਤ ਆ ਜੀ ਸਭ ਦਾ ਆਪਣੇ ਇੱਕ ਹੋਰ ਨਵੇਂ ਵਲੋਗ ਦੇ ਵਿੱਚ। ਰਾਤ ਮੇਰੇ ਵੀਰੋ ਟਰਾਲੀਆਂ ਤਿਆਰ ਕਰ ਲਈਆਂ ਸੀ ਆਪਾਂ, ਅਤੇ ਹੁਣ ਨਾ ਆਪਾਂ ਇੱਕ ਕੰਮ ਕਰਨਾ, ਮੈਸੀ ਮਗਰ ਉਹ ਟਰਾਲੀ ਪਾ ਕੇ ਵੱਡੀ, ਇਹਦੇ ਨਾ ਪਾਣੀ ਮਰਵਾ ਕੇ ਲਿਆਉਣਾ, ਕਿਉਂਕਿ ਗੋਹਾ ਇਹ 'ਤੇ ਬਹੁਤ ਲੱਗਿਆ ਹੋਇਆ, ਨਹੀਂ ਇਹਨੂੰ ਜੰਗ ਫੜ ਜਾਣਾ। ਇਹ ਮੇਰਾ ਕੰਮ ਰਹਿੰਦਾ ਸੀ ਆਪਣਾ ਕੱਲ੍ਹ ਪਰਸੋਂ ਦਾ, ਕਿਉਂਕਿ ਆਪਾਂ ਆਹ ਟਰਾਲੀਆਂ ਤਿਆਰ ਕਰਨੀਆਂ ਬੀਜੀ ਸੀ, ਹੁਣ ਆਪਾਂ ਇਹ ਖੜਾਏ ਆਉਂਦੇ ਹਾਂ, ਸਾਨੂੰ ਪਾਣੀ ਪੂਣੀ ਮਾਰ ਕੇ ਧੋ ਦੇਣਗੇ, ਫਿਰ ਬਾਅਦ 'ਚੋਂ ਚੱਕ ਲਾਂਗੇ ਇਹ ਟਰਾਲੀ। ਹੋ ਜੀ ਮੇਰੇ ਵੀਰੋ ਟਰਾਲੀ ਖੜਾਇਆ ਸੀ, ਅਤੇ ਹੁਣ ਪੈਪ ਚੱਕਣ ਆਏ ਹਾਂ ਝੰਡੇ ਵਾਸਤੇ, ਨਿਸ਼ਾਨ ਸਾਹਿਬ ਲਾਉਣ ਨੂੰ। ਦੋ ਪੈਪ ਕੱਢ ਲੈਣੇ ਆਪਾਂ 6:30 ਉੱਠਦੇ, ਹੈ ਨਾ, ਝੰਡੇ ਘਰੇ ਪਏ ਨੇ। ਗੁੱਡ ਮਾਰਨਿੰਗ, ਗੁੱਡ ਮਾਰਨਿੰਗ। ਬਾਕੀ ਕਹਿੰਦੇ ਧੁੰਦ ਨੇ ਠੰਡ ਨੇ ਹੱਥ ਉੱਤੇ ਸੁੰਨ ਕਿਤੇ ਪਏ ਆ, ਹੱਥਾਂ ਦਾ ਹਾਲ ਦੇਖੋ, ਪੈਪਾਂ ਤੋਂ ਰੰਗ ਜਿਹਾ ਛੁੱਟਿਆ, ਪੈਪ ਹੁਣ ਆਪਾਂ ਲਿਆ ਆ ਪਏ ਆ, ਪੈਪ ਆਪਾਂ ਲਾ ਦਿੰਦੇ ਹਾਂ ਪਰ ਝੰਡੇ ਨਹੀਂ ਹਜੇ ਕਸਣੇ, ਝੰਡੇ ਜਾਣ ਵੇਲੇ ਹੀ ਕਸਾਂਗੇ ਆਪਾਂ। ਲਓ ਜੀ ਮੇਰੇ ਵੀਰੋ, ਇਹ ਆਪਾਂ ਆ ਫਿਊਜ਼ ਪਿਆ ਸਾਰੇ ਸੈੱਟ ਕਰਾਉਣ ਆਏ ਸੀਗੇ, ਹੁਣ ਜਾਂਦਿਆਂ ਨੂੰ ਨਾ ਕੋਈ ਖਰਾਬੀ ਹੋਵੇ, ਕਿਉਂ ਦਾਰੇ ਕਰ ਲਏ ਮੋਟੇ ਮੋਟੇ ਵੱਡੇ ਫਿਊਜ਼ ਹੀ ਲਾ ਦੇ, ਹੁਣ ਤਾਂ ਇਹ ਸੜਾ ਨਹੀਂ ਗਾ। ਹੋਰ ਬਾਕੀ ਚਲੋ ਫਿਰ ਕਰਕੇ ਫੈਟਿੰਗ ਮਿਲਦੇ ਹਾਂ ਫਿਰ, ਅਤੇ ਚੱਲ ਕੇ ਟਰਾਲੀ ਪਾ ਕੇ ਉਹ 'ਚ ਵੀ ਗੱਦੇ ਧਰਨੇ ਆ, ਅਤੇ ਗੁਰਜੀਤ ਹੋਣੀ ਗਏ ਹੋਏ ਆ, ਹਾਂ ਘੰਟੇ ਡੇਢ ਘੰਟੇ ਸਹੀ ਤੁਰ ਪੈਣਾ, ਬਾਕੀ ਅੱਜ ਧੁੰਦ ਵੀ ਵੱਧ ਪਈ ਹੋਈ ਆ। ਲਓ ਜੀ ਟਰੈਕਟਰ ਖੜਾ ਦਾ ਆਪਾਂ, ਅਤੇ ਹੁਣ ਸਕੂਟਰੀ ਚੱਕ ਲਈ ਜੇ ਆਰ ਵਾਲੀ ਛੋਟੀ, ਅਤੇ ਹੁਣ ਇਹਦੇ ਨਾਲ ਘਰੇ ਚੱਲਦੇ ਹਾਂ ਆਪਾਂ, ਤਿਆਰ ਤਿਉਰ ਨਹਾ ਧੋ ਕੇ ਆਉਂਦੇ ਹਾਂ ਹੈ ਨਾ ਦਾਰੇ, ਫਿਰ ਆ ਕੇ ਸਾਨੂੰ ਇਹ ਟਰੈਕਟਰ ਦਾ ਕੰਮ ਹੀ ਕਰਦਾ, ਅਤੇ ਆਪਾਂ ਨਹਾ ਕੇ ਹੁਣ ਥੋੜ੍ਹਾ ਹੀ ਟਾਈਮ ਰਹਿ ਗਿਆ, ਘੰਟੇ ਕਿਸੇ ਤੋਰ ਵੀ ਪੈਣਾ ਆਪਾਂ। ਲਓ ਜੀ ਕਹਿੰਦੇ ਮੁੰਡੇ ਜ਼ੋਰਾਂ ਸ਼ੋਰਾਂ 'ਤੇ ਲੱਗੇ ਹੋਏ ਨੇ, ਅਗਰ ਜੀ ਦਾ ਬਣ ਰਿਹਾ ਰੈੱਡ ਹੋਰਸ, ਅਤੇ ਆਪਣੇ ਵਾਲਾ ਆ ਭਈਆ ਬਲੇਟ ਬਾਏ ਨੇ ਫੋਟੋ ਲਾਉਣੀਆਂ, ਬਾਕੀ ਵਾਹ ਉਰੇ ਹੀ ਖੜ੍ਹਾ ਜਿੱਦਾਂ ਟਰੈਕਟਰ ਤਿਆਰ ਹੋ ਗਿਆ, ਆਪਾਂ ਆ ਚੁੱਕੇ ਹਾਂ, ਮੂਹਰੋਂ ਜਿਹੜਾ ਲਿਆ ਹੋਇਆ ਸੀ ਉਹ ਆਪਾਂ ਟੇਪ ਟੂਪ ਕਰਾ ਲਈਆ, ਓਕੇ ਰਿਪੋਰਟਾਂ। ਚੱਲ ਬਈ ਦਾਰੇ ਫੋਟੋ ਆਪ ਹੀ ਲਾ ਦਿੰਦੇ ਹਾਂ, ਮਗਰੋਂ ਬਾ ਇਹ ਕੰਮ ਰਹਿ ਗਿਆ, ਵਾਹ ਫਿਰ ਦੋ ਆਪਾਂ ਤਿਆਰ ਹਾਂ। ਲਓ ਜੀ ਮੇਰੇ ਵੀਰੋ ਚੈੱਕ ਕਰੋ, ਅੱਜ ਦੋ ਕੰਮ ਹੋਣਗੇ, ਜਾਂ ਝੰਡੇ ਲੱਗਣੇ ਜਾਂ ਦਾਰੇ ਦੀ ਢੋਈ ਤੇ ਪਲਾਸਟਰ ਲੱਗੂ। ਚੱਲ ਚੜ੍ਹ ਉੱਤੇ, ਕਰਾਂ ਦਾਰਾ ਕਿਤੇ ਦਾ ਕੰਮ ਆਇਆ। ਚੱਲ ਚੱਲ ਅੜਦੇ ਚਾੜਦੇ, ਦੂਆ ਵੀ ਪਾ ਦੇ ਨਾਲ ਹੀ, ਹੁਣ ਚੱਕੋ ਜੀ ਮੇਰੇ ਵੀਰੋ ਝੰਡੇ ਚੜ੍ਹ ਗਏ, ਹਜੇ ਤਾਂ ਥੋੜ੍ਹਾ ਟਾਈਮ ਲੱਗੂਗਾ ਜੇ ਆਰ ਉਹਨਾਂ ਨੂੰ, ਅਤੇ ਉਹ ਤੋਂ ਪਹਿਲਾਂ ਨਾ ਆਪਾਂ ਟਰਾਲੀ 'ਚ ਗੱਦੇ ਚੱਕ ਲਿਆਉਂਦੇ ਹਾਂ ਜਾਨੂੰ, ਅਤੇ ਟਰਾਲੀ ਤਾਂ ਫੁੱਲੀ ਤਿਆਰ ਕਰੀਏ ਹੈ ਨਾ ਦਾਰੇ, ਚੱਕ। ਲਓ ਜੀ ਮੇਰੇ ਵੀਰੋ ਗੱਦਿਆਂ ਦੀ ਸਾਰੀ ਸੈਟਿੰਗ ਹੋ ਗਈ, ਆਹ ਗੱਦੇ ਆਪਾਂ ਕੰਧ ਨਾਲ ਖੜ੍ਹੇ ਕਰ ਦੇਣੇ ਆ, ਅਤੇ ਹੁਣ ਸਮਾਨ ਚੱਕ ਲਿਆ ਜੀ ਅੰਦਰੋਂ ਹੈ ਨਾ ਦਾਰੇ, ਚਾਰਜਰ ਬੈਗ ਬੂਗ ਚੱਕ ਲਿਆਈਏ, ਫਿਰ ਆਪਾਂ ਜਾਣਾ ਹਾਈਟੈਕ ਕੋਲ, ਅਤੇ ਉੱਥੇ ਚੱਲ ਗਏ। ਓ ਜੀ ਸਮਾਨ ਦੇਖੋ ਕਹਿੰਦੇ ਫੁੱਲ ਚੁੱਕੀ ਜਾਂਦੇ ਆ ਦਾਰੇ ਹੁਣੀ, ਹਾਂ ਵੀ ਦਾਰਿਆ ਠੰਡ ਤਾਂ ਜਮਾ ਜੀ, ਚੰਗਾ ਵੀ ਤਿਆਗੀ ਮਿਲਦੇ ਆ ਫਿਰ ਆ ਕੇ, ਦੇਖੋ ਘੋੜੀਆਂ। ਓਕੇ ਸਾਰਿਆਂ ਨੂੰ ਟਰਾਲੀ ਆਪਣੀ ਸਾਹਮਣੇ ਖੜੀ ਆ, ਤੁਰਨ ਲੱਗੇ ਮਿਲਦੇ ਹਾਂ, ਹੁਣ ਤੁਰਨ ਲੱਗੇ ਮਿਲਦੇ ਹਾਂ, ਪਹਿਲਾਂ ਆਪਾਂ ਜਾਣਾ ਹਾਈਟੈਕ ਕੋਲ, ਹਾਈਟੈਕ ਬਾਈਕ ਕੋਲ ਪਹੁੰਚ ਕੇ ਮਿਲਦੇ ਹਾਂ ਤੁਹਾਨੂੰ, ਫਿਰ ਆਪਾਂ ਤੁਰਦੇ ਹਾਂਗਾ, ਹਾਂ ਠੀਕ ਆ। ਓ ਜੀ ਪੱਲਾ ਆਪਣਾ ਰੈਡੀ ਹੋ ਚੁੱਕਿਆ, ਦੇਖੋ ਇਹ ਸੇਮ ਹੀ ਆ ਗੁਰਜੀਤ ਵਾਲੇ ਨਾਲ ਦਾ, ਅਤੇ ਉਸਤਾਦ ਉਹਨਾਂ ਦੀ ਫੋਟੋ ਲਵਾਈ ਆ, ਬਾਕੀ ਆਪਾਂ ਇਹਦੇ ਮਗਰ ਲਾ ਲੈਣਾ, ਇਦੋਂ ਬਾਅਦ ਕੁਛ ਨਵਾਂ ਲਾਵਾਂਗੇ ਹੈ ਨਾ, ਥੋੜ੍ਹਾ ਟਾਈਮ ਰੱਖਾਂਗੇ ਬਾਈ ਨੂੰ, ਬਾਈ ਤਾਂ ਮਤਲਬ ਪੱਕਾ ਹੀ ਆ, ਹੈਂ। ਬਾਕੀ ਚਲੋ ਫਿਰ ਹੁਣ ਇਹਦੀ ਫਿਟਿੰਗ ਵਗੈਰਾ ਕਰਦੇ ਹਾਂ, ਦਿਖਾਉਂਦੇ ਹਾਂ ਤੁਹਾਨੂੰ। ਤੁਸੀਂ ਮੇਰੇ ਵੀਰੋ ਲਾਈਟਾਂ ਦਾ ਕੰਮ ਵੀ ਹੋ ਗਿਆ ਡਨ, ਚੈੱਕ ਕਹਿੰਦੇ ਬਾਈ ਹੁਣੀ ਬਸ ਹੁਣ ਅੰਦਰੋਂ ਉਹ ਲੈਣ ਗਏ ਨੇ ਫਰੇਮ ਜਿਹੜਾ ਲਾਉਣਾ ਇਹਦੇ ਉੱਤੇ, ਅਤੇ ਬਸ ਗੱਲਬਾਤ ਬਣ ਜਾਣੀ ਆ, ਅਤੇ ਗੁਰਜੀਤ ਹੁਣੀ ਕਹਿੰਦੇ ਤਿਆਰ ਹਾਂ ਅਸੀਂ, ਸਾਨੂੰ ਫੋਨ ਕਰ ਦਿਓ ਜਦੋਂ ਕੰਪਲੀਟ ਹੋ ਗਿਆ, ਆਪਣਾ ਆਹ ਪਲੱਗ ਟੁੱਟ ਗਿਆ ਸੀਗਾ ਨਵਾਂ ਲਾਇਆ, ਦੇਖੋ ਆਹ ਵਾਲਾ ਮੰਗਾ ਕੇ ਮੈਂ,
अंदर वो भी लाता अंदर चल के थोनू दिखाने सैटिंग करो मेरे वीरे चेक आ हो गया लाइटां बहुत ज्यादा चानण आ हो गया अपना चार्जिंग वाला देखो आ गई लाइट बिच बंद ही रख दिया हजे लाइटा तेन पतासे लाते थी बहुत चानण कर दें ट्राली के अंदर सेक पैंता क्योंकि हवा नहीं बढ़ती ना कितों तो बाकी एन कैंट बनी है ट्राली देखो ते चलो फिर हूँ आ लैन दो अपने बंद फिर आप चलते हैं पल्ले की बारी आ गई बाकी आ प्लेट भी कहने तैयार आप भी एक ऐसी बनानी भी बनावे दिखावे फिर थोनू चलो पहला पल्ला लवा दिए और चलो चक लो पल्ला है फोन दी नहीं ओही आ आई आ सी आई बना दईए डिजाइन ही 15 वाला करता चलो जी लाइटा घेंट ला दी दारे बहुत चानण होगा ना इन्हों का चलो फिर पल्ला ला के फिर मिलते हैं आओ जी कहते सिरा करा छे बी उन्होंने देखो चरण ने हाथ जो आने की हो गया आ की करता लो जी हो गई तैयार चलो चलो तुरी हूँ यार बस आओ जी मेरे वे फुला बत्तियां से खड़े हाँ कहते रेड हॉर्स हां लो जी मेरे वीरे दराहे पहुंचने वाले ओके यार ਰਹਿਣ ਵਧੀਆ ਜਾ ਰਹੇ ਹਾਂ ਅਤੇ ਦਰਾਜ ਨੂੰ ਆਪਾਂ ਮਾੜਾ ਜਿਹਾ ਉੱਤੋਂ ਨਾ ਇੱਕ ਆਪਣਾ ਨੱਟ ਢਿੱਲਾ ਰਹਿ ਗਿਆ ਉਹ ਕਸਾਉਣਾ ਅਤੇ ਉਹ ਚੱਲ ਕੇ ਦਿਖਾਉਂਦੇ ਹਾਂ ਹੈ ਨਾ ਮਿਸਤਰੀ ਕੋ ਪਹੁੰਚ ਕੇ ਦਿਖਾਉਂਦੇ ਹਾਂ ਅਤੇ ਫਿਰ ਕਰਾਉਂਦੇ ਹਾਂ ਉਹ ਡੈਟ ਲਓ ਜੀ ਮੇਰੇ ਵੀਰੋ ਅਤੇ ਹੁਣ ਆਹ ਦੇਖੋ ਇੱਥੋਂ ਲੀਕ ਸੀਗਾ ਆਹ ਢਿੱਲਾ ਕਸਤਾ ਕਸਤਾ ਬਾਈ ਕਸਿਆ ਗਿਆ ਬਸ ਬਾਈ ਇਹ ਪੂਰਾ ਟਾਇਟ ਆ ਨਾ ਹੁਣ ਤਾਂ ਨਹੀਂ ਖੁੱਲੂ ਬਾਕੀ ਹਾਂ ਹੁਣ ਤਾਂ ਠੀਕ ਆ बस हूँ फिर तुरद मैं लग्या लंबा कम ही यही तो फर्क होंगे मिस्त्रियों का है ना चलो फिर चलिए सानू लो जी लंगर से खड़ गए गुरजीत होना ही ट्राली ओके आई दो बी ने दो मिनट चाहता एक नट ढिला हूँ नहीं जे फिर ओके आ कहते सानी ट्राली भरी भरी ला दी कला राहुल पे जाए बिच लो जी मेरे वीरों लंगर छक लिया ते चाह पी रहे हैं बाकी दोने ट्रैक्टर कट्ठे कटा ले सी दारे उतरिया थले चाह पी ला तू भी हैं वेले हो बैठे ने कहते टायर की जांच पड़ताल चल रही है क्यों भाई टायर की जांच चल रही है कितने गुरजीत ओ गुरजीत आई नहीं पहुंचा जाने खड़ खड़ के पच्ची पच्ची कराए कहने मुंडे जाई जाने वधिया वाह हुण तां फतेहगढ़ साहब सरहंद पहुंच गए मिलते थोनू सारे लो जी मेरे वीरो उरे खड़े सी गुरजीत हुणी मगर रुक गए सीगे है ना ब्रेक ब्रूक जी लेंदे कहने थक गए हूँ बस नेड़े ही आ गए आप उड़ीक दे बाकी गलबात पूरी बनी हुई है डाउन सीलिंग भी चला दी थी करो बेसा पूरी घैंट लो जी गुरजीत हूँ भी पहुँच गए से मगर मगर आते असी मूहरे मूहरे राहुल कहता पूरा वधिया सी ट्राली च हूँ वह रेड हॉर्स से बह गया क्यों तारे मैं पहुँच गए सामने आ गया कई बहुत ट्रालिया चलिया अच्छा है ना बहुत ज्यादा टकरिया वाधू घट होना हाँ हरेक बारी हों लो जी मेरे वीरो जिथे जाने ऑफ रोडिंग करने लग जाने रोड तो आ गए आप कच्चे इतों आह ट्रालिया जाते इन्ना भी कच्चा नहीं इंटरलॉक ने मतलब आप सैड पर आ गए इतने कहते शॉर्टकट आप ट्रालिया ने मगर ही आ गए लगता भी है शॉर्टकट वो देखो बाकी के फस गए सारिया मैके चलो फिर बस हूँ पहुंचने वाले हाँ गेट बढ़ने वाले हैं फतेहगढ़ साहब वाला उत्ते पहुँच के मिलते हैं साढ़ा एक बंदा रील बनाने खड़ा है ना गेट पे ना दे वो जी फोटो शूट चालू हो गया राहुल भाई फोटो करा ला भाई यार तू नाल खा ला ट्रैक्टर देख कि खड़ गया
ਫੋਟੋ ਕਰੋ ਏ ਤੂੰ ਵੀ ਨਾਲ ਚੜ ਉਹ ਇੱਥੇ ਕੀ ਆਉਣੀਆਂ ਨੇਰੇ ਚ ਸਾਰੇ ਮਾਲੇ ਝੰਡੇ ਸੈੱਟ ਕਰੀ ਬਾਕੀ ਮੇਰੇ ਵੀਰੋ ਦੋ ਟਰਾਲੀਆਂ ਨੇ ਮਾ ਉਹ ਪਰੇ ਕਰਦੇ ਆ ਫਿਰ ਆਪਾਂ ਤੋੜਦੇ ਆ ਭਾਈ ਮੇਰੇ ਵੀਰੋ ਗੇਟ ਤੇ ਪਹੁੰਚ ਗਏ ਆ ਫਤਿਹਗੜ੍ਹ ਸਾਹਿਬ ਐਂਟਰੀ ਹੋ ਚੁੱਕੀ ਆ ਇਹ ਆਪਣੇ ਬੰਦੇ ਛੱਡੇ ਹੋਇਆ ਪਹਿਲਾਂ ਹੀ ਚਲੋ ਭਾਈ ਬੈਠੋ ਸਟਾਰਟ ਸਾਰੇ ਨੇ ਪੂਰਾ ਸਿਰਾ ਰਾਤ ਆ ਰੀਨ ਦਾ ਤਾਂ ਮੂਸੇ ਵਾਲਾ ਸੱਚ ਦਿਖਾ ਦਿਓ ਤੁਹਾਨੂੰ ਜਾਗਦਾ ਪੂਰਾ ਘੈਂਟ ਲੱਗਦਾ ਸਾਰੇ ਦੇਖੋ ਮੇਰੇ ਵੀਰੋ ਗੱਲਬਾਤ ਸਿਰਾ ਬਣ ਚੁੱਕੀ ਆ ਬਾਕੀ ਕੱਢ ਕੇ ਦਿਖਾਵਾਂਗੇ ਚਲੋ ਹੁਣ ਚੱਲੀਏ ਫਤਿਹਗੜ੍ਹ ਸਾਹਿਬ ਪਹੁੰਚ ਕੇ ਮਿਲ ਗਿਆ ਉਹ ਜੀ ਮੇਰੇ ਵੀਰੇ ਉਹ ਸਾਰੇ ਪਾਈ ਗੇਰ ਆ ਬਾਈ ਨੇ ਬਹੁਤ ਬਹੁਤ ਸੇਵਾ ਕਰਤੀ ਇਹਨੇ ਲਾ ਲਓ ਜੀ ਮੂਹਰੇ ਹੋਰ ਨਾ ਗੁਰਜੀਤ ਨਾਲ ਲਾ ਲਵੇ ਲਓ ਜੀ ਬਾਈ ਹੁਣੇ ਕਰਨਾਲ ਤੋਂ ਆਏ ਸੀਗੇ ਅਤੇ ਸਬਸਕ੍ਰਾਈਬ ਕੀਤਾ ਹੋਇਆ ਬਾਈ ਨੇ ਚੈਨਲ ਦੇਖ ਕੇ ਰੋਕ ਕੇ ਕਹਿੰਦੇ ਵੀ ਆਪਣਾ ਟਰੈਕਟਰ ਤਾਂ ਦੇਖੇ ਲਾ ਪਿਆ ਨਾਲੇ ਰਾਹ ਦਿੱਤਾ ਬਹੁਤ ਮੈਂ ਕਿਹਾ ਸੀ ਜਿਹੜਾ ਫਾਰਮ ਟਰੈਕ ਆ ਮਗਰ ਇਹਨਾਂ ਦਾ ਹੀ ਆ ਰਾਹ ਦਿੱਤਾ ਆਪਾਂ ਪਹਿਲਾਂ ਹੀ ਕਹਿਤਾ ਸੀ ਦੇਖੋ ਬਾਈ ਨੇ ਹੈਲਪ ਕਰਤੀ ਬਾਕੀ ਹੋਰ ਕਿਵੇਂ ਲੱਗਦਾ ਟਰੈਕਟਰ ਘੈਂਟ ਲੱਗਦਾ ਦੋਨੇ ਹੁਣ ਤਾਂ ਵਧੀਆ ਨੇ ਹੈ ਨਾ ਅਤੇ ਬਾਕੀ ਬਸ ਹੁਣ ਪਹੁੰਚਣ ਵਾਲਿਆਂ ਜਾਮ ਲੱਗਿਆ ਹੋਇਆ ਅਤੇ ਤੁਰਦੇ ਹਾਂ ਫਿਰ ਦਿਖਾਉਂਦੇ ਹਾਂ ਤੁਹਾਨੂੰ ਕਹਾਂ ਚੱਲ ਕੇ ਲਓ ਜੀ ਕਹਿੰਦੇ ਚੈੱਕ ਕਰੋ ਸੋਨੇ ਰਾਹ ਵਿੱਚ ਸੋਨੇ ਤਾਂ ਨਹੀਂ ਹੈਗੇ ਰਾਹ ਤਾਂ ਫੁੱਲ ਭਰੇ ਹੋਏ ਨੇ ਟਰਾਲੀਆਂ ਦੇਖੋ ਕਿੱਥੇ ਲਾਈਆਂ ਦੋਹੇ ਪਾਸੇ ਘੇਰੇ ਹੋਏ ਆ ਘੈਂਟ ਬਣਾਈ ਆ ਦੇਖੋ ਪੂਰੀ ਟਨਲ ਜੀ ਘੈਂਟ ਆ ਫੱਟ ਹਾਂ ਰੇਲਵੇ ਵਾਲੇ ਲੈ ਨਾ ਸਹੀ ਗੱਲ ਆ ਸਹੀ ਗੱਲ ਆ ਬਾਕੀ ਗੁਰਜੀਤ ਹੋਣੀ ਆਪਣੇ ਜਮਾਈ ਮਗਰ ਨੇ ਐਟਾ ਹੀ ਦੇ ਲਿਆ ਉਹ ਆਪ ਨਹੀਂ ਦੇ ਲਓ ਜੀ ਮੇਰੇ ਵੀਰੋ ਜਾਮ ਪੂਰਾ ਹੈਵੀ ਲੱਗਿਆ ਹੋਇਆ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਬਾਕੀ ਹੁਣ ਜਾ ਹੀ ਜਾਂਦੇ ਹਾਂ ਹੌਲੀ ਹੌਲੀ ਅਤੇ ਨੇੜੇ ਪਹੁੰਚ ਕੇ ਫਿਰ ਤੁਹਾਨੂੰ ਮਿਲਦੇ ਹਾਂ ਅਤੇ ਚੱਲ ਕੇ ਦਿਖਾਉਂਦੇ ਹਾਂ ਬਾਕੀ ਦੋਨੇ ਸਾਈਡਾਂ ਹੀ ਮੱਲੀਆਂ ਹੋਈਆਂ ਪਰਲੇ ਪਾਸੇ ਤਾਂ ਕੋਈ ਗੱਡੀ ਆਉਂਦੀ ਹੋਈ ਨਹੀਂ ਗੀ ਮੋਟਰਸਾਈਕਲ ਹੀ ਨੇ ਇਕੱਲੇ ਮੇਰੇ ਵੀਰੋ ਜਾਮ ਬਾਹਲਾ ਹੀ ਹੈਵੀ ਲੱਗ ਚੁੱਕਿਆ ਬੱਸਾਂ ਖੜੀਆਂ ਨੇ ਟਰਾਲੀਆਂ ਦੋਨੇ ਹੀ ਲਓ ਜੀ ਸਾਢੇ ਪੰਜ ਦੇ ਆਏ ਹੋਏ ਆ ਅੱਠ ਵੱਜ ਚੁੱਕੇ ਆ ਜਾਮ 'ਚ ਖੜੇ ਆ ਜਾਮ ਹੀ ਰਹਿਣਾ ਤਾਂ ਅੱਜ ਕੋਈ ਨਹੀਂ ਟਰਾਲੀ ਪਹੁੰਚਾਵਾਂਗੇ ਜ਼ਰੂਰ ਉੱਥੇ ਚਾਹੇ ਸਾਰੀ ਰਾਤ ਲੱਗ ਜੇ ਫਲੈਸ਼ ਬੰਦ ਕਰਕੇ ਦਿਖਾਉਣਾ ਤੁਹਾਨੂੰ ਫਲੈਸ਼ ਕਰਕੇ ਚੱਜ ਨਾਲ ਦਿੰਦਾ ਨੀ ਆ ਹੁਣ ਚੈੱਕ ਕਰੋ ਮੇਰੇ ਵੀਰੋ ਮੈਂ ਪੰਜ ਮਿੰਟ ਦੇ ਅੰਦਰ ਅੰਦਰ ਇੰਨੀ ਧੁੰਦ ਡੇਪੀ ਸਮਝ ਆ ਰਿਹਾ ਸੱਚੀ ਡੇਪੀ ਇਹ ਆਹ ਦੇਖੋ ਉਹ ਪਰੇ ਦੇਖੋ ਸਾਫ਼ ਆ ਨਾ ਇੱਧਰੋਂ ਆ ਰਹੀ ਹੈ ਤੂੰ ਹੁਣ ਆਹ ਹੌਲੀ ਹੌਲੀ ਜਾਈ ਜਾਂਦੇ ਹਾਂ ਉਹ ਦੇਖੋ ਉੱਧਰ ਜਮਾਂ ਹੀ ਸਾਫ਼ ਪੂਰੇ ਟਰਾਲੀ ਵਾਲਿਆਂ ਨੂੰ ਲਾਈਟ ਦੇਈ ਜਾਂਦੇ ਹਾਂ ਬੰਦ ਕਰ ਲੈਂਦੇ ਹਨੇਰਾ ਹੋ ਜਾਂਦਾ ਬਾਕੀ ਚਲੋ ਫਿਰ ਹੁਣ ਜਾ ਹੀ ਜਾਂਦੇ ਹਾਂ ਹੁਣ ਜਦੋਂ ਨੇੜੇ ਤੇੜੇ ਕਿਤੇ ਪਹੁੰਚੇ ਫਿਰ ਦੱਸਾਂਗੇ ਨੌ ਵੱਜਣ ਵਾਲੇ ਹੋ ਗਏ ਸਾਨੂੰ ਐਂ ਲੱਗਦਾ ਵੀ ਰਾਤ ਉਰੇ ਕੱਟਣੀ ਪਊ ਸਾਨੂੰ ਦੇਖਦੇ ਹਾਂ ਚਲੋ ਬਾਕੀ ਲਓ ਜੀ ਮੇਰੇ ਵੀਰੋ ਜਮਾਂ ਹੀ ਨੇੜੇ ਪਹੁੰਚ ਚੁੱਕੇ ਹਾਂ ਮੈਂ ਹੁਣ ਗਾਂ ਥੋੜ੍ਹਾ ਇਕੱਠ ਜਿਹਾ ਉਹ ਦੇਖਦੇ ਕੀ ਚੱਕਰ ਆ ਹਾਂ ਉਸਤਾਦ ਚਲੋ ਫਿਰ ਤੁਰੀਏ ਕਹਾਂ ਚਲੋ ਚਲੋ ਮੇਰੇ ਵੀਰੋ ਫੁੱਲ ਧੱਕਾ ਚੱਲ ਰਿਹਾ ਮੂਹਰੋਂ ਟਰਾਲੀਆਂ ਆ ਗਈਆਂ ਮਗਰੋਂ ਟਰਾਲੀਆਂ ਆ ਗਈਆਂ ਆਪਾਂ ਤਾਂ ਔਖੀ ਸੌਖੀ ਸਾਈਡ ਦੇ ਕਰਕੇ ਲਾ ਲਈ ਹੁਣ ਆਹ ਸਵਰਾਜ ਫਸ ਗਿਆ ਇੱਧਰ ਚੈੱਕ ਕਰੋ ਆਏ ਨਿਕਲਦੇ ਆ ਮੋਟਰਸਾਈਕਲ ਚੱਕ ਲਓ ਨਵੇਂ ਮੁੰਡੇ ਹੋ ਯਾਰ ਤੁਸੀਂ ਚੱਕ ਲਓ ਭਾਈ ਰੰਗ ਦਾ ਤਾਰ ਦਿਓ ਰਿਮ ਦਾ ਉੱਤੇ ਚੱਕ ਲਓ ਰਿਮ ਦਾ ਚੱਲ ਗਈ ਜਾਣ ਦਿਓ ਉਹ ਦਿਓ ਹੈਂਡਲ ਮਾਰ ਭਾਈ ਨਵੇਂ ਮੁੰਡੇ ਤੋਲ ਦਿਓ ਯਾਰ ਉੱਧਰ ਕੰਮ ਵਾਲਿਆ ਪਿਆ ਕਹਿੰਦੇ ਮੇਰੇ ਵੀਰੋ ਬੰਦੇ ਔਖੇ ਨਿਕਲਦੇ ਆ ਇਹ ਸੱਚ ਮੁੰਡੇ ਨੂੰ ਮਿਲੋ ਕਹਿੰਦੇ ਸਾਰਿਆਂ ਨੂੰ ਪਿਆਰ ਭਰੀ ਮੁੰਡਾ ਭੂਆ ਦਾ ਹੈ ਨਿਕਲ ਗਿਆ ਇਹ ਹੁਣ ਜਾਮ ਬਹੁਤ ਤਕੜਾ ਲੱਗ ਗਿਆ ਅਸੀਂ ਤਾਂ ਉਰੇ ਹੀ ਬੈਠੇ ਹਾਂ ਉਰੇ ਬੰਦ ਕਰਕੇ ਸੌ ਜਾਣਾ ਆਪਾਂ ਟਰੈਕਟਰ ਬਾਕੀ ਬੈਟਰੀ ਡਾਊਨ ਆ ਲਓ ਜੀ ਮਸਾ ਮਸਾ ਟਰਾਲੀਆਂ ਜਾਂ ਤੁਰੀਆਂ ਪਰੇ ਹੋ ਆਪਣਾ ਸਟਾਰਟ ਹੀ ਖੜਾ ਜਿੱਦਾਂ ਤਾਰੇ ਮਾਰ ਹੱਥ ਕਿ ਆਏ ਨੂੰ ਆਉਣ ਦੋ ਆਏ ਨੂੰ ਦੇਖ ਲੋ 5 ਵਜੇ ਦੇ ਬੜੇ ਹੋਏ ਉਰੇ 10:54 ਹੋ ਗਏ ਲੋਕ ਸੁਣਦੇ ਨੀ ਸੀਗੇ ਹੋਰ ਬਹੁਤ ਔਖਾ ਇੱਕ ਟਰੈਕਟਰ ਮਸਾ ਬਸ ਹੋ ਗਈ ਬਾਈ ਯਾਰ ਆ ਗਏ ਰਾਹੁਲ ਨਾੜ ਚੋਟ
ਕਰਾਓ ਜੀ ਮੇਰੇ ਵੀਰੋ, ਆਪਾਂ ਜਗ੍ਹਾ ਤੇ ਪਹੁੰਚ ਚੁੱਕੇ ਆ ਤੇ ਬਸ ਹੁਣ ਤਾਂ ਟਰਾਲੀਆਂ ਲਾ ਦੇਣੀਆਂ ਤੇ ਬਾਕੀ ਆਪਾਂ ਅਗਲਾ ਵਲੌਗ ਸਟਾਰਟ ਕਰਾਂਗੇ ਕੱਲ ਨੂੰ ਤੇ ਅੱਜ ਦਾ ਵਲੌਗ ਆਪਾਂ ਐਂਡ ਕਰਦੇ ਹਾਂ। ਸਭ ਨੂੰ ਮਿਲਦੇ ਹਾਂ ਅਗਲੇ ਵਲੌਗ।